ਬਠਿੰਡਾ ਜ਼ਿਲ੍ਹੇ ਅੰਦਰ ਅੱਜ NIA ਦੀ ਟੀਮ ਵੱਲੋਂ ਸਵੇਰੇ ਸਵੇਰੇ ਕੀਤੀ ਵੱਡੀ ਕਾਰਵਾਈ, ਕਈ ਜਗ੍ਹਾ ਤੇ ਕੀਤੀ ਗਈ ਰੇਡ। ਬਠਿੰਡਾ ਦੇ ਪਿੰਡ ਬਾਦਰਗੜ੍ਹ ਜੰਡੀਆਂ ਦੇ ਕਬੱਡੀ ਪ੍ਰਮੋਟਰ ਦੇ ਘਰ ਵੀ ਕੀਤੀ ਰੇਡ। ਦੱਸ ਦਈਏ ਕਿ ਅੱਜ ਸਵੇਰੇ 5 ਵਜੇ ਦੇ ਕਰੀਬ NIA ਦੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਜ਼ਿਲ੍ਹੇ ਅੰਦਰ ਕਾਫੀ ਜਗ੍ਹਾ ਤੇ ਰੇਡ ਕੀਤੀ ਗਈ ਹੈ, ਜਿੱਥੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੇ ਇੱਕ ਕਬੱਡੀ ਦੇ ਪ੍ਰਮੋਟਰ ਨੇ ਜੱਗਾ ਜਿਨ੍ਹਾਂ ਦੇ ਘਰ ਪੁਲਿਸ ਇਹਨਾਂ ਵੱਲੋਂ ਰੇਡ ਕੀਤੀ ਗਈ ਵੱਡੀ ਗਿਣਤੀ 'ਚ। ਪੁਲਿਸ ਫੋਰਸ ਇਹਨਾਂ ਦੇ ਨਾਲ ਸੀ, ਜਿੱਥੇ ਇਹਨਾਂ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਲੈ ਕੇ ਜੱਗਾ ਦੇ ਘਰ ਰੇਡ ਕੀਤੀ ਹੈ। ਦੂਜੇ ਪਾਸੇ ਜੱਗਾ ਦਾ ਕਹਿਣਾ ਹੈ ਕਿ ਮੇਰੇ ਦੇ ਵਿੱਚ ਕੋਈ ਵੀ ਮਾਮਲਾ ਇਸ ਤਰ੍ਹਾਂ ਦਾ ਨਹੀਂ ਹੈ, ਮੈਨੂੰ ਇਹਨਾਂ ਵੱਲੋਂ ਫੋਨ ਕੀਤਾ ਗਿਆ, ਮੈਂ ਘਰ ਨਹੀਂ ਸੀ, ਲੇਕਿਨ ਜਦੋਂ ਨੇ ਫੋਨ ਕੀਤਾ ਤਾਂ ਮੈਂ ਮੌਕੇ 'ਤੇ ਆਪਣੇ ਘਰ ਆ ਚੁੱਕਿਆ ਸੀ। ਅਤੇ ਲੋਕਾਂ ਵੱਲੋਂ ਵੀ ਜੱਗਾ ਦਾ ਕਾਫੀ ਸਾਰਾ ਪੱਖ ਪੂਰਿਆ ਜਾ ਰਿਹਾ, ਲੋਕਾਂ ਦਾ ਕਹਿਣਾ ਕਿ ਇਹ ਇਸ ਤਰ੍ਹਾਂ ਦਾ ਆਦਮੀ ਨਹੀਂ ਹੈ, ਇਸ ਲਈ ਜੋ ਰੇਡ ਕੀਤੀ ਹੈ ਗਲਤ ਕੀਤੀ ਹੈ। ਬਾਕੀ ਉਹ ਜੋ ਸਰਚ ਕਰ ਰਹੇ ਹਨ ਉਹਨਾਂ ਨੂੰ ਸਰਚ ਦੇ ਵਿੱਚ ਕੁਝ ਵੀ ਨਹੀਂ ਮਿਲਣਾ। ਲੇਕਿਨ ਅੱਜ ਇੱਕ ਵੱਡੀ ਕਾਰਵਾਈ ਜੋ NIA ਨੇ ਕੀਤੀ ਹੈ ਉਹ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੇ ਵਿੱਚ ਕੀਤੀ ਗਈ ਹੈ, ਜਿੱਥੇ ਇੱਕ ਇਹ ਆਪਣਾ ਕਬੱਡੀ ਪ੍ਰਮੋਟਰ ਹੈ, ਜੱਗਾ ਇਸ ਨੂੰ ਕਹਿੰਦੇ ਨਹੀਂ, ਜੱਗਾ ਦੇ ਨਾਮ ਤੋਂ ਜਾਣਿਆ ਜਾਂਦਾ ਕਬੱਡੀ ਪ੍ਰਮੋਟਰ। ਇਸਨੇ ਕਾਫੀ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਪ੍ਰਮੋਟ ਕੀਤਾ ਹੋਇਆ ਹੈ, ਅਤੇ ਉਸ ਤੋਂ ਬਾਅਦ ਅੱਜ ਇਹਨਾਂ ਦੇ ਘਰ NIA ਦੀ ਰੇਡ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜੋ ਇਹਨਾਂ ਨੇ ਸਰਚ ਕੀਤਾ, ਜੋ ਇਹਨਾਂ ਨੇ ਮੇਰੇ ਤੋਂ ਮੰਗਿਆ, ਜੋ ਇਹਨਾਂ ਨੇ ਮੇਰੇ ਤੋਂ ਪੁੱਛਿਆ ਹੈ, ਉਸ ਸੰਬੰਧੀ ਮੈਂ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਤੁਸੀਂ ਦੇਖੋ ਤਸਵੀਰਾਂ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਚੰਡੀਆਂ ਦੀਆਂ, ਜਿੱਥੇ ਅੱਜ NIA ਦੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਇੱਥੇ ਰੇਡ ਕਰਕੇ ਸਰਚ ਕੀਤੀ ਗਈ ਹੈ। ਇਹ ਸੁਬਹਾ ਟੀਮ ਆਈ ਹੈ ਜੱਗੇ ਦੇ ਘਰ, ਪੁੱਛਗਿੱਛ ਹੋਈ ਆ, ਪਰ ਪੁੱਛਗਿੱਛ ਕੁਛ ਨਹੀਂ ਜੱਗੇ ਦੇ ਘਰ। ਇਹ ਕਬੱਡੀ ਖਿਡਾਰੀ ਹੈ। ਕਿੰਨੇ ਕੁ ਜਾਣੇ ਆਏ ਆ ਟੀਮ ਦੇ ਵਿੱਚ? ਹੈਗੇ ਆ 15-20 ਜਾਣੇ। ਕਿੱਥੋਂ ਆਈ ਆ ਟੀਮ? ਇਹ ਕੁਛ ਦਿੱਲੀ ਦੇ ਆ ਬੰਦੇ, ਕੁਛ ਆਪਣੀ ਲੋਕਲ ਪੁਲਿਸ ਹੈ। ਕੀਤਾ ਕੀ ਹੈ ਇਹਨਾਂ ਨੇ? ਕੁਛ ਨਹੀਂ, ਪੁੱਛਗਿੱਛ ਕਰ ਰਹੇ ਆ, ਅਤੇ ਕੋਈ ਇਹੋ ਜਿਹੀ ਗੱਲ ਹੀ ਕੋਈ ਨਹੀਂ, ਜ਼ਿੰਮੇਵਾਰੀ ਲੈਣੇ ਜੱਗੇ ਦੀ, ਅਸੀਂ ਇਹੋ ਜਿਹੇ ਕੰਮ ਹੀ ਨਹੀਂ ਕਰਦਾ ਕੋਈ ਵੀ। ਇੱਕ ਵੱਡੀ ਖਿਡਾਰੀ ਹੈ ਜਾਂ ਪ੍ਰਮੋਟਰ ਹੈ ਜੀ? ਇਹ ਕੋਚ ਹੈ। ਅੱਛਾ, ਕਬੱਡੀ ਕੋਚ ਹੈ? ਕਬੱਡੀ ਕੋਚ ਹੈ। ਠੀਕ ਹੈ ਜੀ। ਜੱਗਾ ਸਿੰਘ ਪੂਰਾ? ਹਾਂ, ਜਗਜੀਤ ਸਿੰਘ ਜੱਗਾ। ਠੀਕ ਹੈ ਜੀ, ਧੰਨਵਾਦ। ਕੁਝ ਨਿਕਲਿਆ ਕੁਝ ਵਿੱਚੋਂ? ਨਹੀਂ ਨਹੀਂ ਕੁਛ ਨਹੀਂ ਨਿਕਲਿਆ ਜੀ। ਠੀਕ ਹੈ ਜੀ, ਧੰਨਵਾਦ। ਮੇਰੀ ਆਹ ਕਮਾਈ ਹੈ ਜੀ ਜਿਹੜੀ ਮੈਂ 4-5 ਸਾਲਾਂ 'ਚ ਪੂਰੇ ਪੰਜਾਬ ਹਰਿਆਣੇ 'ਚ ਕਮਾਈ ਹੈ। ਸ਼ਹਿਰ ਗਿਆ ਸੀ, ਮੈਨੂੰ ਨੇ ਫੋਨ ਮਾਰਿਆ, ਮੈਂ ਉਦੋਂ ਹੀ ਇਹਨਾਂ ਆ ਗਿਆ ਤੇ ਕੋਆਪਰੇਟ ਕੀਤਾ ਇਹਨਾਂ ਵੀ। ਜੀਤ ਸਿੰਘ ਜੱਗਾ ਜੰਡੀਆਂ ਜੀ। ਜੱਗੇ ਕਿਉਂ ਐਸੇ ਜਾਂ ਨਹੀਂ ਕਿਉਂ ਪਹੁੰਚੀ ਐਸੇ, ਕਿਸ ਚੀਜ਼ ਲੈ ਕੇ ਪੁੱਛ ਕੇ ਤੁਹਾਡੇ ਤੋਂ ਹੋਈ ਹੈ, ਐਲੀਗੇਸ਼ਨ ਕੀ ਸੀਗੀ? ਨੀਮਾ ਕਰੀਮਾ ਪਤਾ ਨਹੀਂ ਜੀ, ਐਲੀਗੇਸ਼ਨ ਦਾ ਤਾਂ ਪਤਾ ਨਹੀਂ ਲੱਗਿਆ, ਉਹ ਟੀਮ ਆਈ ਸੀਗੀ, ਮੈਂ ਘਰੇ ਹੈ ਨਹੀਂ ਸੀਗਾ, ਉਹਨਾਂ ਨੇ ਮੈਨੂੰ ਫੋਨ ਕਰਿਆ, ਮੈਂ ਘਰੇ ਆ ਗਿਆ ਜੀ। ਜੋ ਉਹਨਾਂ ਨੇ ਆਪਣੇ ਤੋਂ ਕੋਈ ਸਵਾਲ ਜਵਾਬ ਪੁੱਛੇ ਆਪਾਂ ਉਹਨਾਂ ਨੂੰ ਕੋਆਪਰੇਟ ਕੀਤਾ, ਅਤੇ ਉਹ ਆਪਦੀ ਕਾਰਵਾਈ ਜੋ ਸੀਗਾ ਸਿਸਟਮ ਉਹਨਾਂ ਦਾ ਉਹ ਕਰਕੇ ਆਪਦਾ ਗਏ ਘਰ। ਸਵਾਲ ਕੀਤੇ ਗਏ ਨੇ ਤੁਹਾਡੇ ਨਾਲ, ਸਵਾਲ ਜਵਾਬ ਕਿਸ ਵਿਸ਼ੇ ਨੂੰ ਲੈ ਕੇ ਕੀਤੇ ਗਏ ਨੇ? ਨਹੀਂ ਕੁਛ ਨਹੀਂ, ਉਹਨਾਂ ਨੇ ਤਾਂ ਇਹ ਪੁੱਛਿਆ ਵੀ ਤੁਸੀਂ ਕੀ ਕੰਮ ਕਰਦੇ ਹੋ, ਮੈਂ ਕਿਹਾ ਜੀ ਮੈਂ ਤਾਂ ਕਬੱਡੀ ਕੋਚ ਹਾਂ ਅਤੇ ਕਬੱਡੀ ਨੂੰ ਪ੍ਰਮੋਟ ਕਰਦਾ, ਅਤੇ ਹੋਰ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਅਤੇ ਤੁਹਾਡੇ ਕੋਲ ਸਮਾਨ ਸਮੂਨ ਦੀ ਉਹਨਾਂ ਨੇ ਛਾਣਬੀਨ ਕੀਤੀ? ਨਹੀਂ ਜੀ, ਉਹਨਾਂ ਨੇ ਆਪਦੀ ਤਲਾਸ਼ੀ ਲਈ ਹੈ ਜੀ, ਘਰੋਂ ਆਪਣੇ ਕੁਛ ਨਹੀਂ ਮਿਲਿਆ, ਅਤੇ ਆਪਦੀ ਉਹ ਲਿਖਾ ਪੜ੍ਹੀ ਕਰਕੇ ਜਦੋਂ ਮੈਨੂੰ ਫੋਨ ਕਰਿਆ ਮੈਂ ਘਰੇ ਆ ਗਿਆ, ਅਤੇ ਬਸ ਆਪਦੀ ਕਰਕੇ ਜੋ ਸੀਗੀ ਉਹਨਾਂ ਦੀ ਲਿਖਾ ਪੜ੍ਹੀ ਉਹ ਜਾਵੜੀ। ਨਹੀਂ ਜੀ ਨਹੀਂ ਨਹੀਂ ਜੀ, ਸੰਦੀਪ ਨੰਗਲ ਅੰਬੀਆਂ ਸਾਡਾ ਵੱਡਾ ਭਰਾ ਸੀ, ਅਤੇ ਸਾਡੀ ਜਿਹੜੀ ਆਪਣੀ ਮੇਜਰ ਲੀਗ ਕਬੱਡੀ ਫੈਡਰੇਸ਼ਨ 2019 'ਚ ਬਣੀ ਸੀਗੀ ਉਹਦਾ ਉਹ ਪ੍ਰਧਾਨ ਸੀਗਾ, ਅਤੇ ਉਹਦੇ ਜਾਣ ਨਾਲ ਸਾਨੂੰ ਬਹੁਤ ਘਾਟਾ ਪਿਆ ਜੀ। ਨਹੀਂ ਜੀ ਨਹੀਂ, ਸਾਡਾ ਤਾਂ ਉਹ ਭਰਾ ਸੀ, 7 ਮਹੀਨੇ ਹੋ ਗਏ ਜੀ ਉਹਦੀ ਡੈਥ ਹੋਈ ਨੂੰ, ਅਤੇ 7 ਮਹੀਨਿਆਂ ਦਾ ਮੈਂ ਘਰ ਹੀ ਹਾਂ ਜੀ। ਪਹਿਲਾਂ ਜਦੋਂ ਮੈਚਾਂ ਮੁੱਚਾਂ 'ਤੇ ਜਾਈਦਾ ਸੀ, ਹੁਣ ਕਦੇ ਨਹੀਂ ਕਿਤੇ ਗਏ। ਨਹੀਂ ਜੀ, ਮੇਰਾ 2017 ਤੱਕ ਮੇਰੇ 'ਤੇ ਕੋਈ ਸੀਗੇ 5-4 ਮੁਕੱਦਮੇ ਨਿੱਕੇ ਮੋਟੇ ਜਿਹੜੇ ਆਪਣੇ ਪਿੰਡਾਂ 'ਚ ਹੁੰਦੇ ਹੀ ਰਹਿੰਦੇ ਜੀ, ਅਤੇ ਉਦੋਂ ਬਾਅਦ ਮੇਰੇ 'ਤੇ ਕੋਈ ਮੁਕੱਦਮਾ ਨਹੀਂ ਦਰਜ। ਮੈਂ ਆਪਦਾ ਉਹ ਰਾਹ ਛੱਡ ਕੇ ਇੱਧਰ ਸਪੋਰਟਸ ਵਾਲੇ ਪਾਸੇ ਆਇਆ, ਕਿਉਂ ਪੁਰਾਣੇ ਪਲੇਅਰ ਜਿਹੜੇ ਮੇਰੇ ਨਾਲ ਨੂਲ ਖੇਡਦੇ ਰਹੇ ਆ ਪਹਿਲਾਂ, ਉਹਨਾਂ ਦਾ ਸਾਰਿਆਂ ਦੇ ਸਹਿਯੋਗ ਨਾਲ ਬਾਈ ਸੰਦੀਪ ਨੰਗਲ ਅੰਬੀਆਂ ਦੇ ਨਾਲ ਆਪਣਾ ਪਿਆਰ ਸੀਗਾ, ਉਹਦੇ ਕਰਕੇ ਹੀ ਮੈਂ ਇੱਧਰ ਕਬੱਡੀ ਇੰਨੀ ਰੁਕੀ।
पता नहीं जी, वो कुछ भी कह सकते हैं। हम आप उन्होंने बने थोड़े गैंगस्टर बन गए की कह सकते हैं जी। हम उन्होंने आपने सद्या, आप घर है नहीं थी जी, आप चोर होंगे तो आप भाई दे आप उन्होंने पहली रिंग से घर आया। मैं उन्होंने कोऑपरेट किया जी। कोई मैं जी मेजर लीग कबड्डी जी फेडरेशन का संदीप नंगलम बंगाला प्रधान से जी। नहीं जी नहीं, वह तो सब कागजी गल है जी। तो कोई नहीं, बस एक कबड्डी बदनाम करने लिए सारा जेडे गलत आंसर है वो यह जहाँ गल कर रहे हैं, होर कोई गल नहीं। चलो जी, वो सरकार के बंदे थे जी, वो आपकी जो उन्होंने लग्या ठीक आपका कर गए, अपने कुछ मिलया नहीं घरों, कोई बरामदगी नहीं हुई। नहीं जी, मेरा मोबाइल ले गए जी। अच्छा हाँ, वो कहे सानू मोबाइल चाहिए, मैं कह लिया जी। किसी तरह की हिदायत की गई नहीं? नहीं जी, कोई हदायत नहीं की उन्होंने, बस वो कहते बस ठीक आ, तू आ गया, बस सही है जी।